आओ जी, आओ जी साहब, सत श्री अकाल। सत श्री अकाल। आओ बैठो जी, बैठो। अच्छा जी, प्लीज। हुन पता नहीं किड़ा नमा चन चढ़ा के जाओ। वाहे गुरु मेर करी। और जी दसो। देखो एसडी साहब, ਤੁਸੀਂ ਸਾਡੇ ਨਾਲ ਬਹੁਤ ਧੱਕਾ ਕੀਤਾ ਇਸ ਵਾਰੀ। ਫੌਜੀ ਸਾਹਿਬ ਮੈਨੂੰ ਗੱਲ ਕਰਨ ਦਿਓ ਨਾ। ਐਸ ਜੀ ਸਾਹਿਬ ਤੁਸੀਂ ਇੱਦਾਂ ਕਿੱਦਾਂ ਕਰ ਸਕਦੇ ਹੋ? ਉਹ ਤੁਸੀਂ ਇੰਨਾ ਜ਼ਿਆਦਾ ਬਿੱਲ ਭੇਜਤਾ, ਤੁਹਾਨੂੰ ਪਤਾ ਕਿੰਨਾ ਗਲਤ ਕੰਮ ਹੈ? ਉਹ ਲੋਕਾਂ ਦੇ ਘਰੇ ਕਲੇਸ਼ ਹੋ ਸਕਦਾ, ਮੀਆਂ ਬੀਵੀ ਦਾ ਤਲਾਕ ਹੋ ਸਕਦਾ, ਕਿਸੇ ਨੂੰ ਹਾਰਟ ਅਟੈਕ ਹੋ ਸਕਦਾ। ਕਮਾਲ ਕਰਦੇ ਹੋ ਤੁਸੀਂ। ਆਹ ਸੰਡੀ ਨੇ ਵਧੀਆ ਕਲਾਸ ਲਾਈ ਇਹਦੇ ਚਿੱਬੇ ਜੀ ਦੀ। ਉਹ ਜੀ ਤੁਸੀਂ ਚਿੰਤਾ ਨਾ ਕਰੋ, ਮੈਂ ਹੈ ਨਾ, ਮੈਂ ਠੀਕ ਕਰ ਦਾਂਗਾ। ਚਿੰਤਾ ਨਾ ਕਰੋ। ਨਾ ਕੀ ਚਿੰਤਾ ਨਾ ਕਰੋ, ਉਹ ਤੁਸੀਂ ਬਿੱਲ ਦੇਖੋ, ਬਿੱਲ ਦੇਖਣ ਤੋਂ ਬਾਅਦ ਦੱਸੋ ਸਾਨੂੰ ਚਿੰਤਾ ਕਰੀਏ ਕਿ ਨਾ ਕਰੀਏ। ਸੀ ਕਮਾਲ ਹੈ, ਚਿੰਤਾ ਨਾ ਕਰੋ, ਦੱਸ ਹੱਦ ਹੋ ਗਈ। ਆ ਦੇਖੋ ਤੁਸੀਂ, ਆ ਦੇਖੋ ਇਸ ਸਭ 25,000 ਰੁਪਏ ਦਾ ਬਿੱਲ। ਦੇਖੋ ਥੋੜ੍ਹੀ ਬਹੁਤ ਹੇਰਾ ਫੇਰੀ ਤਾਂ ਹੋ ਸਕਦੀ ਹੈ, ਪਰ ਇੰਨਾ ਬਿੱਲ ਨਹੀਂ। ਆ ਦੇਖ ਲਓ ਜੀ, ਇੰਨਾ ਬਿੱਲ ਕਿਵੇਂ ਆ ਸਕਦਾ? ਆ ਦੇਖੋ ਤੁਸੀਂ, ਹੈਂ, ਇਹ ਦੇਖੋ ਕਿਵੇਂ ਆ ਗਿਆ, ਆ 30,000 ਬਿੱਲ ਆ, ਦੇਖ ਲਓ। ਆ ਲਓ ਜੀ, ਦੋ ਹੀ ਬਿੱਲ ਨੇ, ਤੀਸਰਾ ਬਿੱਲ ਕਿੱਥੇ ਹੈ? ਤੀਜਾ ਬਿੱਲ ਸਾਡੇ ਕੋਲ ਹੀ ਹੈ। ਉਹ ਦੇਖੋ ਜੀ, ਤੁਸੀਂ ਗੱਲ ਬਦਲ ਰਹੇ ਹੋ, ਗੱਲ ਨਾ ਬਦਲੋ। ਉਹ ਨਾਲੇ ਤੁਸੀਂ ਸਾਨੂੰ 3 ਬਿੱਲ ਕਿੱਦਾਂ ਭੇਜਦੇ ਜੀ? ਉਹ ਬਿੱਲ ਤੁਸੀਂ ਮਹੀਨੇ ਦਾ ਹੁੰਦਾ, ਤੁਸੀਂ ਸਾਲ ਦਾ ਬਿੱਲ ਇਕੱਠਾ ਭੇਜਦਾ, ਅੱਧਾ ਥੋੜੀ ਹੁੰਦਾ ਜੀ। ਉਹ ਨਾਲੇ ਤੁਹਾਡਾ ਜਿਹੜਾ ਮੁਲਾਜ਼ਮ ਆਇਆ ਸੀਗਾ, ਉਹ ਰੀਡਿੰਗ ਚੈੱਕ ਕਰਕੇ ਗਿਆ ਸੀ ਕਿ ਨਹੀਂ ਗਿਆ ਸੀ? ਮੁਲਾਜ਼ਮ ਤੋਂ ਪੁੱਛੋ ਤੁਸੀਂ, ਕਮਾਲ ਕਰਦੇ ਹੋ। ਉਹ ਨਾਲੇ ਇੱਥੇ ਕੋਈ ਮਖੌਲ ਥੋੜੀ ਚੱਲ ਰਿਹਾ, ਮਜ਼ਾਕ ਥੋੜੀ ਚੱਲ ਰਿਹਾ, ਇੱਦਾਂ ਥੋੜੀ ਤੁਸੀਂ ਇੰਨਾ ਬਿੱਲ ਕਿਸੇ ਨੂੰ ਵੀ ਭੇਜ ਦੋਗੇ, ਇਹ ਗਲਤ ਗੱਲ ਹੈ। ਹਾਂ ਫਿਰ ਦੱਸੋ, ਇਹ ਕੋਈ ਤਮਾਸ਼ਾ ਚੱਲ ਰਿਹਾ? ਓਏ ਅਸੀਂ ਮੀਆਂ ਬੀਬੀ ਨੇ ਰੋਟੀ ਨਹੀਂ ਖਾਧੀ, ਰੋਜ਼ ਸਾਡਾ ਝਗੜਾ ਹੁੰਦਾ, ਤਲਾਕ ਤੱਕ ਦੀ ਨੌਬਤ ਆ ਗਈ ਹੈ, ਨਾ ਇਹ ਸਭ ਨੁਕਸਾਨ ਦੀ ਭਰਪਾਈ ਕੌਣ ਕਰੂਗਾ? ਇਮਲੀ ਜੀ, ਮੈਨੂੰ ਨਾ ਇਹ ਲੱਗਦਾ ਸੈਂਡੀ ਜੋ ਵੀ ਕਰ ਰਿਹਾ ਨਾ, ਬਹੁਤ ਵਧੀਆ ਕਰ ਰਿਹਾ, ਮੈਨੂੰ ਤਾਂ ਬੋਲਣ ਦਾ ਮੌਕਾ ਵੀ ਨਹੀਂ ਦੇ ਰਿਹਾ। ਆਈ ਐਮ ਸੋ ਪ੍ਰਾਊਡ ਆਫ ਮਾਈ ਸੈਂਡੀ, ਇਹ ਨਾ ਸਭ ਕੁਝ ਠੀਕ ਕਰ ਦੇਗੀ। ਆ ਦੇਖੋ ਜੀ, ਬਿਜਲੀ ਫੂਕੀ ਹੈ, ਬਿੱਲ ਤਾਂ ਆਊਗਾ ਹੀ, ਬਿੱਲ ਆਊਗਾ ਤਾਂ ਬਿੱਲ ਭਰਨਾ ਵੀ ਪਊਗਾ, ਹੈ ਨਾ ਜੀ? ਉਦੋਂ ਤੁਸੀਂ ਪੱਖੇ ਏਸੀ ਕੂਲਰ ਸਾਰੇ ਚੱਲਦੇ ਛੱਡ ਦਿੰਦੇ ਹੋ, ਫਿਰ ਤਾਂ ਬਿੱਲ ਤਾਂ ਆਊਗਾ ਨਾ ਜੀ, ਤੁਸੀਂ ਚਿੰਤਾ ਨਾ ਕਰਿਆ ਕਰੋ। ਉਹ ਕੀ ਮਤਲਬ ਹੈ ਜੀ ਤੁਹਾਡੇ ਕਹਿਣ ਦਾ? ਸਾਨੂੰ ਬਿੱਲ ਭਰਨਾ ਪਊਗਾ, ਨਾ ਐਂ ਕਿਵੇਂ ਭਰਨਾ ਪਊਗਾ ਬਿੱਲ? ਮੈਂ ਡੱਕਾ ਨਹੀਂ ਭਰੂੰਗਾ ਬਿੱਲ ਦਾ, ਇੱਦਾਂ ਕਿੱਦਾਂ ਭਰਨਾ ਪਊਗਾ? ਉਹ 10 ਰੁਪਏ ਦੇ ਪੱਖੇ ਚਲਾਏ ਤੁਸੀਂ, 20, 25, 30, 40, 50,000 ਦਾ ਬਿੱਲ ਭੇਜਤਾ, ਮੈਂ ਮੰਤਰੀ ਕੋਲ ਜਾਊਂਗਾ। ਉਹ ਮੰਤਰੀ ਨਹੀਂ ਜੀ, ਮੁੱਖ ਮੰਤਰੀ ਕੋਲ ਜਾਊਂਗਾ, ਮੈਂ ਦੇਖਦਾ ਕਿੱਦਾਂ ਭਰਾਨਾ ਬਿੱਲ ਤੁਹਾਡੇ ਤੋਂ। ਮੈਂ ਤੁਸੀਂ ਕੀ ਸਮਝਦੇ ਹੋ, ਅਸੀਂ ਪੇਂਡੂ ਆ, ਉਹ ਸਾਨੂੰ ਹਲਕੇ ਹੁਲਕੇ ਚ ਲੈਣਾ, ਮੈਂ ਕੈਨੇਡਾ ਤੋਂ ਆਇਆ ਵਾਪਸ, ਮੈਂ ਚੁਕਾ ਦੂ ਤੁਹਾਡੇ ਚੌਂਡੇ, ਵੱਡੇ ਆਏ ਬੈਠੇ ਬਿੱਲ ਭਰਨਾ ਪਏਗਾ, ਮੈਂ ਨਹੀਂ ਭਰਦਾ ਬਿੱਲ, ਕਰ ਲਓ ਜੋ ਕਰਨਾ ਤੁਸੀਂ। ਹਾਂ ਤੁਸੀਂ ਤਾਂ ਸਾਨੂੰ ਦਿਹਾਤੀ ਸਮਝਿਆ ਹੋਇਆ ਹੈ ਨਾ, ਇਹ ਪੈਗ ਜੇ ਲਾ ਕੇ ਇਹਨਾਂ ਨੂੰ ਜੋ ਵੀ ਸਮਝਾਵਾਂਗੇ ਇਹ ਸਮਝੀ ਜਾਣਗੇ, ਉਹ ਐਂ ਨਹੀਂ ਚੱਲਣਾ। ਨਾ ਤੁਸੀਂ ਸਾਨੂੰ ਪਾਗਲ ਸਮਝ ਰੱਖਿਆ, ਔਰ ਤੁਸੀਂ ਸਾਨੂੰ ਮੂਰਖ ਸਮਝ ਰੱਖਿਆ, ਔਰ ਤੁਸੀਂ ਸਾਡੇ ਤੋਂ ਪੈਸੇ ਨਹੀਂ ਹੜਪ ਸਕਦੇ, ਇੱਦਾਂ ਤੁਹਾਨੂੰ ਦੱਸਾਂ ਮੈਂ, ਵੱਡੇ ਆਏ ਇੱਥੇ ਬਿੱਲ ਭਰਨਾ ਪੈਣਾ, ਬਿੱਲ ਭਰਨਾ ਪੈਣਾ, ਮੈਂ ਨਹੀਂ ਭਰੂੰਗਾ ਬਿੱਲ, ਕਰ ਲਓ ਜੋ ਕਰਨਾ। ਹਾਂ ਸੈਂਡੀ ਜਮਾ ਠੀਕ ਕਹਿ ਰਿਹਾ। ਨਹੀਂ ਨਹੀਂ, ਸੈਂਡੀ ਕਹਿ ਤਾਂ ਬਿਲਕੁਲ ਠੀਕ ਰਿਹਾ, ਅਸੀਂ ਕੋਈ ਪੈਸਾ ਨਹੀਂ ਭਰਨਾ ਜੋ ਸਾਹਿਬ ਤੁਹਾਨੂੰ ਦੱਸੀਏ। ਹਾਂ ਉਹ ਜੀ, ਤੁਸੀਂ ਸ਼ਾਂਤ ਰਹੋ, ਠੀਕ ਹੈ ਨਾ ਜੀ? ਹੁਣ ਜੇ ਤੁਸੀਂ ਭੜਕੋਗੇ, ਦੇਖੋ ਜੀ ਮੈਂ ਤੁਹਾਨੂੰ ਤਰੀਕਾ ਦੱਸਦਾ, ਤੁਸੀਂ ਨਾ ਲਿਖਿਤ ਰੂਪ 'ਚ ਇੱਕ ਕੰਪਲੇਂਟ ਦੇ ਦਿਓ, ਫਿਰ ਉਹਦਾ ਫੈਸਲਾ ਹੋਊਗਾ, ਤੇ ਜੋ ਵੀ ਫੈਸਲਾ ਹੋਊਗਾ ਉਹਦੇ ਹਿਸਾਬ ਨਾਲ ਬਿੱਲ ਭਰ ਦਿਓ, ਫਿਰ ਉਸ ਤੋਂ ਬਾਅਦ ਕੇਸ ਨਿਪਟਾਰਾ ਕਰੋ, ਕਾਹਨੂੰ ਟੈਨਸ਼ਨ 'ਚ ਲਈ ਜਾਂਦੇ ਹੋ? ਚਿੰਤਾ ਨਾ ਕਰੋ ਜੀ, ਤੁਸੀਂ ਚਿੰਤਾ ਨਾ ਕਰੋ, ਮੈਂ ਤਾਂ ਤੁਹਾਨੂੰ ਦੱਸ ਰਿਹਾ ਜੀ। ਅਸੀਂ ਨੀ ਮੰਨਾਂਗੇ ਜੀ, ਤੁਸੀਂ ਪਹਿਲੇ ਮਹਿਕਮੇ ਨੂੰ ਕਹੋ ਛੱਡ ਦੋ ਆ ਕੇ ਮਾਫੀ ਮੰਗਣ, ਨਾਲੇ ਸਾਡਾ 1 ਮਹੀਨੇ ਦਾ ਬਿੱਲ ਮਾਫ ਕਰਨ। ਹਾਂ ਤੇ ਹੋਰ ਕੀ, ਸੈਂਡੀ ਜਮਾ ਠੀਕ ਕਹਿ ਰਿਹਾ, ਤੁਸੀਂ ਤਾਂ ਸਾਨੂੰ ਕੁਝ ਵੀ ਸਮਝੀ ਜਾਂਦੇ ਹੋ, ਤੁਹਾਨੂੰ ਇਹ ਨੁਕਸਾਨ ਦੀ ਭਰਪਾਈ ਕਰਨੀ ਪਊਗੀ। ਹਾਂ ਸੈਂਡੀ, ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਜਮਾ ਇਹੀ ਕਰਿਓ, ਅਸੀਂ ਤੁਹਾਡੇ ਨਾਲ ਆ। ਆ ਤੁਸੀਂ ਚਿੰਤਾ ਨਾ ਕਰੋ ਜੀ, ਦੇਖੋ ਜੀ ਸਭ ਤੋਂ ਪਹਿਲਾਂ ਇਹਦਾ ਕਾਰਨ ਤਾਂ ਪਤਾ ਲੱਗੇ, ਕਿਉਂਕਿ ਜਦੋਂ ਤੱਕ ਕਾਰਨ ਨਹੀਂ ਪਤਾ ਲੱਗੂਗਾ ਫਿਰ ਅਸੀਂ ਕੁਝ ਕਰ ਨਹੀਂ ਸਕਦੇ। ਮੈਂ ਤੁਹਾਨੂੰ ਕਹਿੰਦਾ ਕਿ ਥੋੜੀ ਸ਼ਾਂਤੀ ਰੱਖੋ। ਦੇਖ 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 ਸੈਂਡੀ ਪੁੱਤਰ, ਇੰਨਾ ਲਾਲ ਪੀਲਾ ਨਹੀਂ ਹੋਈ ਦਾ ਹੁੰਦਾ, ਹੈ ਤੂੰ ਘਬਰਾ ਨਾ, ਕਰਦੇ ਕੋਈ ਨਾ ਕੋਈ ਹੱਲ ਕਰਦੇ ਹਾਂ, ਜਦੋਂ ਬੈਠੇ ਹਾਂ ਕਰਦੇ, ਨਾਲੇ ਇਹਦੇ ਵਿੱਚ ਇਹਦਾ ਤਾਂ ਕਾਹਦਾ ਕਸੂਰ ਹੈ ਜਿਹੜਾ ਤੁਸੀਂ ਗੱਲ ਪਈ ਜਾਂਦਾ? ਘਬਰਾ ਨਾ, ਪਿਆਰ ਨਾਲ ਆਪਾਂ ਸਾਰਾ ਹੱਲ ਕਰ ਲਵਾਂਗੇ ਮਸਲਾ। ਹਾਂ ਹਾਂ ਸੈਂਡੀ ਯਾਰ, ਤੂੰ ਨਾ ਥੋੜ੍ਹਾ ਸ਼ਾਂਤ ਜਾ ਰਿਹਾ ਕਰ, ਐਵੇਂ ਪੂਛ ਨੂੰ ਅੱਗ ਲੱਗੀ ਰਹਿੰਦੀ ਹੈ ਤੇਰੇ, ਹੈ ਸਾਰਾ ਘਰ ਤੱਕ ਪਹੁੰਚਾ ਲਿਆ ਉਹਨਾਂ ਤੂੰ। ਉਹ ਤੁਸੀਂ ਚਿੰਤਾ ਨਾ ਕਰੋ, ਤੁਸੀਂ ਇੱਦਾਂ ਕਰੋ ਆਪਣੀ ਕੰਪਲੇਂਟ ਲਿਖ ਕੇ ਦੇ ਦਿਓ, ਮੈਂ ਨਿੱਜੀ ਤੌਰ 'ਤੇ ਇਸ 'ਤੇ ਗੌਰ ਕਰੂੰਗਾ ਅਤੇ ਇਹਦਾ ਸੋਲਿਊਸ਼ਨ ਘੱਟ ਘਟਾ ਕੇ ਦਊਂਗਾ ਤੁਹਾਨੂੰ, ਚਿੰਤਾ ਕਿਉਂ ਕਰਦੇ ਹੋ ਤੁਸੀਂ? ਠੀਕ ਹੈ ਜੀ ਸਾਹਿਬ,
ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਠੀਕ ਹੈ ਨਵਾਬ ਸਾਹਿਬ। ਚੁੱਪ ਭਾਈ ਸਾਹਿਬ, ਅੰਦਰੋਂ ਰਜਿਸਟਰ ਲੈ ਕੇ ਆ। ਚੱਪ ਹੁਣ ਤੁਸੀਂ ਚਿੰਤਾ ਨਾ ਕਰੋ, ਹੁਣ ਸਭ ਕੁਝ ਮੇਰੇ ਤੇ ਛੱਡ ਦਿਓ, ਮੈਂ ਦੇਖ ਲੂੰਗਾ। ਠੀਕ ਹੈ ਜੀ, ਤਾਂ ਚਿੰਤਾ ਨਾ ਕਰੋ ਜੀ ਤੁਸੀਂ। ਹਾਂ ਲਿਖ ਲਿਖ, ਹਾਂ ਨੰਬਰ ਲਿਖ 300047, ਹਾਂ 60765। ਤੁਸੀਂ ਮੇਰੇ ਤੇ ਛੱਡ ਦਿਓ ਸਭ ਕੁਝ, ਤੁਸੀਂ ਚਿੰਤਾ ਨਾ ਕਰੋ ਜੀ, ਹੁਣ ਮੈਂ ਸਾਂਭ ਲੂੰਗਾ, ਸਾਰੀ ਪ੍ਰੋਬਲਮ ਮੈਂ ਠੀਕ ਕਰ ਦੂੰਗਾ। ਠੀਕ ਹੈ ਜੀ, ਤੁਸੀਂ ਚਿੰਤਾ ਨਾ ਕਰੋ ਜੀ। ਲਓ ਜੀ ਗੁਲਾਬ ਕੌਰ ਜੀ, ਆਪਣਾ ਕੰਮ ਤਾਂ ਹੋ ਗਿਆ। ਚਲੋ ਜੀ ਹੁਣ ਦੋ ਜੀ ਮੈਨੂੰ ਇਜਾਜ਼ਤ। ਬਸ ਹੁਣ ਤੁਸੀਂ ਚਿੰਤਾ ਨਾ ਕਰੋ। ਜਰਾ ਜੀ ਉਹ ਚਾਹ ਪੀ ਕੇ ਜਾਓ, ਮੈਂ ਆਪਣੇ ਹੱਥਾਂ ਨਾਲ ਬਣਾਈਏ। ਤੁਸੀਂ ਤਾਂ ਉਹੀ ਨੀ ਜਿਹੜੇ ਹੋਮਮੇਡ ਦਵਾਈਆਂ ਬਣਾਉਂਦੇ ਸੀ? ਹਾਂ ਹਾਂ ਜੀ, ਮੈਂ ਨਾ ਉਹੀ ਆ ਜਿਹੜੇ ਹੋਮਮੇਡ ਦਵਾਈਆਂ ਬਣਾਉਂਦੀ ਆ। ਹਾਂਜੀ ਹਾਂਜੀ, ਪਰ ਤੁਸੀਂ ਕਿਵੇਂ ਜਾਣਦੇ ਹੋ? ਬੀਬੀ ਜੀ ਇਹਦਾ ਮਤਲਬ ਨਾ ਮੈਂ ਬਹੁਤ ਮਸ਼ਹੂਰ ਹਾਂ। ਮੇਰਾ ਕਹਿਣ ਦਾ ਮਤਲਬ ਹੈ ਮੈਂ ਨਾ ਬਹੁਤ ਮਸ਼ਹੂਰ ਹਾਂ, ਮੇਰੀ ਦਵਾਈਆਂ ਨਾ ਬਹੁਤ ਹੀ ਵਧੀਆ ਹੁੰਦੀਆਂ ਨੇ, ਦੂਰੋਂ ਦੂਰੋਂ ਲੋਕੀ ਆਉਂਦੇ ਨੇ ਮੇਰੀਆਂ ਦਵਾਈਆਂ ਲੈਣ। ਚੁੱਪ ਕਰ ਚੁੱਪ ਕਰ, ਜ਼ਿਆਦਾ ਹਵਾਵਾਂ 'ਚ ਨਾ ਉੱਡ, ਥੱਲੇ ਉੱਤਰ ਥੱਲੇ ਉੱਤਰ, ਜ਼ਮੀਨ 'ਤੇ ਆ, ਮਸਲਾ ਕੁਛ ਹੋਰ ਹੈਗਾ। ਆਹੋ ਚੁੱਪ ਕਰਕੇ ਖੜੀ ਰਿਹਾ। ਤੁਸੀਂ ਚਿੰਤਾ ਨਾ ਕਰੋ, ਤੁਹਾਨੂੰ ਮੈਂ ਕਾਫੀ ਲੰਬੇ ਸਮੇਂ ਬਾਅਦ ਦੇਖਿਆ ਤੇ ਤੁਹਾਨੂੰ ਮੈਂ ਕਾਫੀ ਚਿਰ ਤੋਂ ਲੱਭ ਰਿਹਾ, ਤੁਸੀਂ ਮੈਨੂੰ ਮਿਲੇ ਹੀ ਨਹੀਂ। ਦੇਖਿਆ ਵੀ ਜੀ ਲੋਕੀ ਮੇਰੀ ਦਵਾਈਆਂ ਨੂੰ ਕਿੰਨਾ ਪਸੰਦ ਕਰਦੇ ਨੇ, ਇਸ ਘਰ ਵਿੱਚ ਤਾਂ ਨਾ ਮੇਰੀ ਕੋਈ ਇੱਜ਼ਤ ਹੈ ਹੀ ਨਹੀਂ। ਉਹ ਆਖਦੇ ਨੇ ਨਾ ਕਿ ਬਾਹਰ ਬੀਬੀ ਲੱਖਾਂ ਦੀ ਤੇ ਘਰੇ ਬੀਬੀ ਕੱਖਾਂ ਦੀ, ਮੇਰੀ ਦਵਾਈਆਂ ਨਾ ਬਹੁਤ ਹੀ ਮਸ਼ਹੂਰ ਨੇ। ਸਾਡੇ ਦਫ਼ਤਰ ਦਾ ਇੱਕ ਬੰਦਾ ਸੀ, ਉਹਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਉਹ ਤੁਹਾਨੂੰ ਲੈ ਕੇ ਆਇਆ ਜੀ ਸਾਡੇ ਦਫ਼ਤਰ ਦਵਾਈਆਂ ਵੇਚਣ ਲਈ। ਕਿਆ ਨਾਮ ਸੀ ਉਹਦਾ? ਹਾਂਜੀ ਹਾਂਜੀ ਮੈਨੂੰ ਯਾਦ ਹੈ, ਉਹਨਾਂ ਦਾ ਨਾਂ ਨਾ ਰਾਜਕੁਮਾਰ ਵੀਰ ਜੀ ਸੀ। ਹਾਂਜੀ ਉਹਨਾਂ ਨੇ ਮੈਨੂੰ ਨਾ ਆਪਣੇ ਦਫ਼ਤਰ ਬੁਲਾਇਆ ਸੀ, ਉਸ ਦਿਨ ਤਾਂ ਨਾ ਮੇਰੀ ਸਾਰੀ ਦਵਾਈਆਂ ਵਿਕ ਗਈਆਂ ਸੀ। ਹਾਂਜੀ ਮੈਨੂੰ ਸਭ ਯਾਦ ਹੈ, ਮੇਰੇ ਤਾਂ ਨਾ ਚੰਗੀ ਵਿਕਰੀ ਹੋਈ ਸੀ ਜੀ ਉਸ ਦਿਨ। ਉਹ ਰਾਜਕੁਮਾਰ ਵੀਰ ਜੀ ਹਲੇ ਵੀ ਉਸੇ ਦਫ਼ਤਰ 'ਚ ਕੰਮ ਕਰਦੇ ਨੇ ਨਾ? ਉਹਨਾਂ ਨੂੰ ਤਾਂ ਅਗਲੇ ਦਿਨ ਕੱਢ ਦਿੱਤਾ ਗਿਆ ਸੀ। ਕਿਉਂ ਜੀ? ਉਹ ਤਾਂ ਬਹੁਤ ਹੀ ਵਧੀਆ ਇਨਸਾਨ ਸੀ ਜੀ। ਤੁਸੀਂ ਚਿੰਤਾ ਨਾ ਕਰੋ ਜੀ, ਵੀਰ ਜੀ ਤਾਂ ਚੰਗੇ ਸੀਗੇ, ਪਰ ਤੁਹਾਡੀ ਨਕਲੀ ਦਵਾਈਆਂ ਨਾਲ ਸਾਰੇ ਬਿਮਾਰ ਹੋ ਗਏ ਸੀ ਦਫ਼ਤਰ 'ਚ। ਕਿਸੇ ਨੂੰ ਟੱਟੀਆਂ ਲੱਗ ਗਈ ਸੀ, ਕਿਸੇ ਨੂੰ ਉਲਟੀਆਂ ਲੱਗ ਗਈ ਸੀ, ਕਿਸੇ ਨੂੰ ਚਮੜੀ ਦਾ ਰੋਗ ਹੋ ਗਿਆ ਸੀ। ਮੈਂ ਤਾਂ ਉਸ ਤੋਂ ਬਾਅਦ ਇੰਨੀ ਦਵਾਈਆਂ ਖਾਧੀਆਂ ਦੂਏ ਡਾਕਟਰ ਤੋਂ, ਤਾਂ ਜਾ ਕੇ ਤੁਹਾਡੀ ਦਵਾਈ ਦਾ ਰਿਐਕਸ਼ਨ ਖਤਮ ਹੋਇਆ। ਸਾਡੇ ਦਫ਼ਤਰ 'ਚ ਕੋਈ ਇਹੋ ਜਿਹਾ ਦਿਨ ਨਹੀਂ ਲੰਘਿਆ ਹੋਣਾ ਜਦੋਂ ਅਸੀਂ ਤੁਹਾਨੂੰ ਯਾਦ ਨਹੀਂ ਕੀਤਾ ਹੋਵੇ। ਮਰ ਜਾਣਗੇ ਨਾ ਇਹ ਬੋਲ ਕੇ, ਸਾਰਾ ਮਨ ਹੀ ਖੱਟਾ ਕਰਦਾ ਨਿੰਬੂ ਦੀ ਤਰ੍ਹਾਂ। ਮੈਂ ਤੈਨੂੰ ਕਿਹਾ ਸੀ ਨਾ ਚੁੱਪ ਕਰਕੇ ਖੜੀ ਰਹਿ, ਹਵਾਵਾਂ 'ਚ ਨਾ ਉੱਡ, ਹੈ ਦੇਖਿਆ ਉਹ ਕਰਾ ਲਈ ਨਾ ਤੂੰ ਆਪਣੀ ਬੇਇੱਜ਼ਤੀ, ਚੁੱਪ ਕਰਕੇ ਖੜੀ ਰਹਿ ਬੇਵਕੂਫ ਜੀ ਨੇ ਉੱਤੇ। ਤੁਸੀਂ ਇੱਥੇ ਕੀ ਕਰਦੇ ਹੋ? ਉਰੇ ਵੀ ਦਵਾਈਆਂ ਵੇਚਣ ਆਏ ਹੋ? ਹਾਂ ਜੀ ਇਹ ਸੈਂਡੀ ਦੇ ਮੰਮੀ ਜੀ ਨੇ, ਇਹਨਾਂ ਦਾ ਘਰ ਹੈ ਤੇ ਇੱਥੇ ਹੀ ਹੋਣਗੇ, ਹੋਰ ਕਿੱਥੇ ਹੋਣਗੇ। ਅੱਛਾ ਤੇ ਇਹ ਮਾਂ ਪੁੱਤ ਇੱਕੋ ਜਿਹੇ ਨੇ? ਮਾਂ ਇੱਦਾਂ ਦੀ ਹੈ ਕਿ ਜਾਲੀ ਦਵਾਈਆਂ ਬਣਾ ਕੇ ਲੋਕਾਂ ਨੂੰ ਬਿਮਾਰ ਕਰ ਰਹੀ ਹੈ, ਤੇ ਪੁੱਤ ਇੱਦਾਂ ਦਾ ਕਿ ਆਪਣੀ ਬੋਲੀ ਨਾਲ ਲੋਕਾਂ ਦਾ ਅਪਮਾਨ ਕਰ ਰਿਹਾ। ਤੁਸੀਂ ਚਿੰਤਾ ਨਾ ਕਰੋ, ਹੁਣ ਮੈਂ ਫਾਰਮ ਫਿਲ ਕਰਕੇ ਨਾ ਇਸ ਤੋਂ ਵੀ ਵੱਧ ਬਿੱਲ ਤੁਹਾਨੂੰ ਪਾਉਂਗਾ। ਤੁਸੀਂ ਲੋਕਾਂ ਨੂੰ ਘਰੇ ਬੁਲਾ ਕੇ ਬੇਇੱਜ਼ਤ ਕਰਦੇ ਹੋ, ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ। ਉਹ ਇੱਧਰ ਫੜਾਓ ਸਾਡੀ ਲੈਟਰ, ਅਸੀਂ ਜੋ ਕਰਨਾ ਹੋਏਗਾ ਆਪੇ ਕਰ ਲਾਂਗੇ। ਲਓ ਉੱਧਰ ਉਹ ਫੜਾਓ, ਚਾਕੀ ਕੀ ਜਾਂਦੇ ਹੋ, ਫੜਾਓ ਉੱਧਰ। ਤੈਨੂੰ ਕੀ ਲੱਗਦਾ ਮੈਂ ਇਸ ਕਾਗਜ਼ ਤੋਂ ਬਗੈਰ ਕੁਛ ਕਰ ਨਹੀਂ ਸਕਦਾ? ਮੇਰੀ ਜੀਭ ਨਹੀਂ ਲੱਗੀ, ਕਿਆ ਕਹਿੰਦਾ ਸੀ ਮੈਨੂੰ? ਮੈਨੂੰ ਜੇਲ੍ਹ ਭਜਾਊਗਾ, ਕੇਸ ਕਰੂਗਾ ਮੇਰੇ ਤੇ? ਕੇਸ ਤਾਂ ਮੈਂ ਕਰੂੰਗਾ ਤੇਰੀ ਮਾਂ ਦੇ ਖਿਲਾਫ, ਲੋਕਾਂ ਨੂੰ ਬਿਮਾਰ ਕਰਦੀ ਹੈ ਜਾਲੀ ਦਵਾਈਆਂ ਬਣਾ ਕੇ। ਹੁਣ ਪਤਾ ਚੱਲੂ ਮਾਂ ਪੁੱਤ ਨੂੰ, ਜਦੋਂ ਜੇਲ੍ਹ ਦੀ ਚੱਕੀ ਪਿਸਣੀ ਪਊਗੀ ਫਿਰ ਪਤਾ ਲੱਗੂਗਾ ਕਿ ਮੌਕੇ ਦੇ ਅਫਸਰ ਨਾਲ ਕਿੱਦਾਂ ਗੱਲ ਕਰੀਦੀ ਹੈ, ਬੇਇੱਜ਼ਤੀ ਕਰਦੇ ਮੇਰੀ।
ਮੈਂ ਮੇਰੇ ਕਹਿਣ ਦਾ ਮਤਲਬ ਥੋੜੀ ਸੀਗਾ ਦੇਖੋ ਜੀ ਮੈਂ ਤੁਹਾਡੇ ਬੱਚਿਆਂ ਵਰਗਾ ਨਾ ਤੇ ਬੱਚਿਆਂ ਤੋਂ ਗਲਤੀ ਤਾਂ ਹੋ ਹੀ ਜਾਂਦੀ ਹੈ ਹੁਣ ਜਦੋਂ ਬੱਚਿਆਂ ਤੋਂ ਗਲਤੀ ਹੁੰਦੀ ਹੈ ਤੇ ਮਾਂ ਪਿਓ ਦਾ ਵੱਡਿਆਂ ਦਾ ਫਰਜ਼ ਹੈ ਨਾ ਬੱਚਿਆਂ ਨੂੰ ਮਾਫ਼
सैंडी जमा ठीक कह रहे एसडीओ साहब। हां जी सैंडी तेनू की लोड़ से बोलन दी, फौजी चाचा हैगा ता हैगा सारा कुछ सांभ लैंदा, तेनू ना भी हरेक जगह भी प्रधान बन दी आदत। Wow, Binder and Jackson, earlier that you both were clapping for Sandy. Ki wow, Sandy, tu ta kina great hai, tu bahut badhiya kita. Hun jara ji mistake kya hogi mere Sandy to? Tusi bahut ode te chad gaye, onu tang kar dio, onu blame kar dio. So mean, so selfish both of you. Tusi mundiya ne jo karna si kar lo. Hun main dekhu, jinna thoda bill aaya, oh ta aaya. Hun main thode bill ch hor bill paunga. Dekhda tusi kya karde ho. एक मामी पाई पाई गल सुन, एना पता की है, एना बच्चे ने गलतियां हो जांदियां, फिर की होया बच्चियां नु मां मां बच्चियां नु कदी ना कदी कुछ कह ही दिंदी है। तू ना मनु अपनी मां समझ, अपना बच्चा समझ के सानू माफ कर दे, है ना। इना दा ते दिमाग ही खराब हैगा, बाकी ना गुस्सा थुक दे आहो तू करके। हां देखो ना किदा मेरा जवाब तुहाडे हाथ बन के बैठा है खड़ा वे। ओ माता जी तुसी उधर जाके बैठो। मैं देख लू थोनू। मर जाना पा के रख दिता। अपने आप बड़ा चलाक समझदा सी ना, ला गया अपने स्कीम। वाह जैक्सन वाह, बल्ले ओ बिंदर जैक्सन, तुहाडे दोनों दे किवें मैनू पंप देण लगे होए सी। सैंडी चकदे चकदे शाबाश, बहुत सोहणा काम कर रहे, बहुत वधिया काम कर रहे। हुण जदों सारा कुछ हो गया तां मेरे उत्ते इल्जाम आ रहे। शाबाश बल्ले ओ तुहाडे, ऊं तां जिथे खड़ना सी उत्थे खड़िया नहीं, हुण तैनूं गल्लां आ रहीआं इत्थे। ना सैंडी तू दस मैनूं, मैं तेरे नाल किथे नहीं खड़िया है? जद वी किते लोड़ पई आ मैं ते बिंदर हमेशा खड़े तेरे नाल है, पर हुण की करीए यार, कई बार बंदे दी डर दी मौके निकल जांदी है। बाबा जी हुण असीं की करांगे? हाँ बिल किवें भरांगे जे सानूं जेल हो गई तां? नहीं नहीं बाबा जी मेहर करियो। मैनूं तां जैक्शन आ नहीं समझ आउंदा पुत, कि असीं किहड़े खूह खाते च डिगांगे जाके, ਉਹ ਇੰਨਾ ਬਿੱਲ ਭਰਾਂਗੇ ਕਿਵੇਂ? ਫੌਜੀ ਸਾਹਿਬ ਮੈਨੂੰ ਕੀ ਪਤਾ ਹੈ, ਆ ਸੈਂਡੀ ਨੂੰ ਪੁੱਛੋ ਜਿਹਨੇ ਸਾਰੇ ਪੁਆਲੇ ਪਾਏ ਆ। ਚੱਲ ਬਿੰਦਰ ਪਤਾ ਲਈਏ, ਇਹਨਾਂ ਨੂੰ ਕਈ ਕੰਮ ਦੇ ਨਹੀਂ ਹੈਗੇ ਤਾਂ। ਠੀਕ ਹੈ ਚਲੋ ਦੇਖਦੇ ਹਾਂ, ਮੈਂ ਚੱਲਦਾ। ਹੁਣ ਤੁਸੀਂ ਕੋਈ ਹੱਲ ਲੱਭਿਓ ਫੌਜੀ ਜੀ। ਉਹ ਸੈਂਡੀ ਤੂੰ ਹੁਣ ਮੈਨੂੰ ਕੀ ਫੋਨ ਲਾਇਆ? ਓਏ ਅੱਜ ਸਵੇਰੇ ਥੋੜੀ ਕੁੱਤੇ ਖਾਣੀ ਹੋਈ ਹੈ, ਹਜੇ ਕੋਈ ਕਸਰ ਬਾਕੀ ਹੈ? ਦੇਖ ਸੈਂਡੀ ਪੁੱਤ, ਤੂੰ ਸਾਡੇ ਲਈ ਕੋਈ ਰਾਹ ਨਹੀਂ ਛੱਡਿਆ। ਹੁਣ ਮੈਂ ਤੇ ਜੈਕਸਨ ਨੇ ਫੈਸਲਾ ਕੀਤਾ, ਦਫ਼ਤਰ ਜਾ ਕੇ ਐਸਡੀਓ ਸਾਹਿਬ ਨੂੰ ਮਿਲਾਂਗੇ ਤੇ ਬਿੱਲ ਕੱਟ ਕਰਨ ਦੀ ਗੁਜ਼ਾਰਿਸ਼ ਕਰਾਂਗੇ। ਓਹੋ ਫੌਜੀ ਸਾਹਿਬ ਮੈਂ ਤੁਹਾਡੀ ਗੱਲ ਸਮਝਦਾ, ਉਹ ਮੈਂ ਤਾਂ ਉਹਨਾਂ ਨਾਲ ਆਪਣੀ ਗੱਲ ਕਰਨ ਗਿਆ ਸੀ, ਉਹ ਮੈਨੂੰ ਥੋੜੀ ਪਤਾ ਸੀ ਕਿ ਮੇਰੇ ਜਾਣ ਤੋਂ ਪਹਿਲੇ ਮੰਮੀ ਜੀ ਨੇ ਪਹਿਲੇ ਹੀ ਕੋਈ ਚੰਨ ਚੜਾਇਆ ਹੋਇਆ। ਮੈਂ ਆਪਣੀ ਗੱਲ ਰੱਖਣ ਗਿਆ ਤੇ ਉਹ ਹੋਰ ਅੱਗ ਭੁੱਲੇ ਹੋ ਗਏ। ਓਏ ਸਾਰੇ ਸਿਆਪੇ ਪਹਿਲਾਂ ਵੀ ਤੇਰੇ ਪਾਏ ਹੋਏ ਸੀ ਤੇ ਹੁਣ ਵੀ ਤੇਰੇ ਨੇ। ਮੇਰਾ ਇਹਦੇ ਚ ਕੋਈ ਲੈਣ ਦੇਣਾ ਨਹੀਂ ਤੈਨੂੰ ਦੱਸਾਂ ਮੈਂ। ਹਾਂ ਕਰੇ ਹੋਰ ਭਰੇ ਕੋਈ ਹੋਰ, ਓਏ ਅਸੀਂ ਐਵੇਂ ਰਗੜੇ ਕੇ ਵਿੱਚ ਵਿਚਾਲੇ। ਤੁਸੀਂ ਚੁੱਪ ਕਰੋ ਸਾਰੇ, ਪਤਾ ਨਹੀਂ ਆ ਇੰਨਾ ਬਿੱਲ ਕਿੱਥੋਂ ਆ ਗਿਆ, 30,000 ਰੁਪਿਆ ਕਿੱਥੋਂ ਭਰਾਂਗੇ? ਪਾਗਲ ਹੋ ਗਏ, ਦਿਮਾਗ ਖਰਾਬ ਹੋ ਗਿਆ ਤੇਰਾ? ਚਾਹ ਡੋਲ ਕੇ ਰੱਖਤੀ ਸਾਰੀ, ਇੱਦਾਂ ਕਿਤੇ ਕਰ ਸਕਦਾ ਤੂੰ ਯਾਰ, ਪਾਗਲ ਹੈ? ਮੈਂ ਕਿਉਂ ਮੇਨ ਕਰ ਸਕਦਾ ਹੈ ਦੱਸ ਮੈਨੂੰ? ਆ ਫੌਜੀ ਸਾਹਿਬ ਦੇਖ ਲਓ ਕਿਵੇਂ ਗੱਲ ਕਰਦਾ ਹੈ, ਇਹਦੀ ਧੌਣ 'ਚ ਫਸਿਆ ਹੋਇਆ ਕੀਲਾ। ਐਸਡੀਓ ਸਾਹਿਬ ਨਾ ਸਹੀ ਕਹਿ ਰਹੇ ਸੀ ਕਿ ਇਹਨੂੰ ਬੋਲਣ ਦੀ ਅਕਲ ਨਹੀਂ, ਇਹਨੂੰ ਚੌੜੇ ਮੂੰਹ ਵਾਲੇ ਨੂੰ। ਉਹ ਕੀ ਮੂੰਹ ਅੱਡ ਕੇ ਖੜਾ, ਜਾ ਕੇ ਕੱਪੜਾ ਲੈ ਕੇ ਆ। ਪਾਗਲ ਜਾਣਾ ਹੋਏ ਤਾਂ ਉਹ ਸ਼ਕਲ ਚੱਜਦੀ ਨਹੀਂ ਹੈ, ਕੰਮ ਤਾਂ ਚੱਜਦਾ ਕਰ ਲਿਆ ਕਰ, ਜਾ ਕੱਪੜਾ ਲੈ ਕੇ ਆ। ਉਹ ਸੈਂਡੀ ਕੀ ਬੋਲ ਰਿਹਾ ਤੂੰ, ਕੋਈ ਤਾਂ ਮਤਲਬ ਕੀ ਹੈ?
ਜੈਕਸਨ ਨਾ ਤੇਰੇ ਬਾਰੇ ਚ ਬਿਲਕੁਲ ਸਹੀ ਕਹਿੰਦਾ ਕਿ ਤੂੰ ਬਹੁਤ ਬੜਬੋਲ ਹੈ। ਦੇਖ ਦੇਖ ਦੇਖ, ਤੈਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਸੀ। ਉਹ ਫੌਜੀ ਸਾਹਿਬ, ਮੇਰੀ ਗੱਲ ਤਾਂ ਸੁਣੋ, ਮੈਂ ਜੈਕਸਨ ਨੂੰ ਥੋੜੀ ਕੁਛ ਕਿਹਾ, ਉਹਨਾਂ ਨੇ ਮੈਨੂੰ ਕਾਹਦੀ ਸ਼ਰਮ ਆਣੀ ਚਾਹੀਦੀ ਹੈ, ਦੱਸਣਾ ਮੈਨੂੰ ਜ਼ਰਾ ਤੁਸੀਂ। ਮੈਨੂੰ ਲੱਗਦਾ ਕੈਨੇਡਾ ਜਾ ਕੇ ਨਾ ਇਹਦਾ ਦਿਮਾਗ ਜਮਾ ਹੀ ਫਿਰ ਗਿਆ। ਸਾਹਿਬ, ਨਾ ਮੈਂ ਤੁਹਾਨੂੰ ਕੁਛ ਕਿਹਾ, ਨਾ ਮੈਂ ਜੈਕਸਨ ਨੂੰ ਕੁਛ ਕਿਹਾ, ਉਹ ਤੁਹਾਨੂੰ ਤਾਂ ਕੋਈ ਗਲਤ ਫਹਿਮੀ ਹੋ ਗਈ ਸੀ। ਮੈਂ ਤੁਹਾਡੀ ਗਲਤ ਫਹਿਮੀ ਦੂਰ ਕਰਦਾ ਨਾ, ਉਹ ਤਾਂ ਐਕਚੁਅਲੀ ਨਵਾਬ ਆ ਗਿਆ ਸੀਗਾ, ਉਹ ਨਵਾਬ ਨੇ ਚੱਕ ਕੇ ਸਾਰੇ ਮੇਰੇ ਕੱਪੜਿਆਂ ਨੇ ਚਾਹ ਡੋਲਤੀ, ਉਹ ਥਾਂ ਕਰਕੇ ਤੁਹਾਨੂੰ ਕੁਛ ਭੁਲੇਖਾ ਪੈ ਗਿਆ ਹੋਣਾ। ਉਹ ਜੈਕਸਨ ਤਾਂ ਉਹੀ ਗੱਲ ਦਾ ਪਤੰਗੜ ਬਣਾ ਦਿੰਦਾ, ਪਤਾ ਤਾਂ ਹੈ ਬੋਜ ਸਾਹਿਬ ਤੁਹਾਨੂੰ। ਚੱਲ ਚੱਲ ਠੀਕ ਹੈ ਫਿਰ। ਚੱਲ ਚੱਲ ਚੰਗਾ ਚੰਗਾ, ਠੀਕ ਹੈ ਠੀਕ ਆ। ਹਾਂ ਹਾਂ ਯਾਰ, ਹੁਣ ਅਹਿਸਾਸ ਜਿਹਾ ਹੋ ਗਿਆ ਸਾਨੂੰ ਕਿ ਗਲਤ ਫਹਿਮੀ ਹੋਈ ਸੀ। ਹਾਂਜੀ, ਉਹ ਫੌਜੀ ਸਾਹਿਬ ਤੇ ਜੈਕਸਨ, ਉਹ ਤੁਸੀਂ ਸੁਣਿਆ ਨਹੀਂ, ਆਪਾਂ ਐਸ ਜੀ ਤੋਂ ਮਾਫ਼ੀ ਮੰਗ ਲਈ ਸੀ ਨਾ, ਤੇ ਉਹਨਾਂ ਨੇ ਮੈਨੂੰ ਮਾਫ਼ ਵੀ ਕਰਤਾ ਸੀ। ਉਹਨਾਂ ਨੇ ਕਿਹਾ ਸੀ ਕਿ ਦਫ਼ਤਰ ਜਾ ਕੇ ਨਾ ਕੰਪਲੇਂਟ ਦੀ ਅਰਜ਼ੀ ਦੇ ਦਿਓ। ਹਾਏ, ਪਰਮਾਤਮਾ ਕਰੇ ਸਾਰਾ ਕੁਛ ਠੀਕ ਹੋ ਜਾਏ। ਚੱਲ ਸੈਂਡੀ, ਤੇਰਾ ਯਾਰ ਬਹੁਤ ਬਹੁਤ ਧੰਨਵਾਦ ਹੈ, ਤੂੰ ਅੱਜ ਕੋਈ ਚੱਜ ਦਾ ਕੰਮ ਤਾਂ ਕੀਤਾ, ਵਰਨਾ ਤਾਂ ਤੇਰਾ ਸਾਨੂੰ ਪਤਾ ਹੀ ਹੈ। ਸ਼ਾਬਾਸ਼ ਪੁੱਤਰ, ਇਹ ਤਾਂ ਤੂੰ ਵਾਕਈ ਵਧੀਆ ਕੰਮ ਕੀਤਾ। ਮੈਂ ਵੀ ਜਲਦੀ ਨਾ ਉੱਥੇ ਜਾ ਕੇ ਅਰਜ਼ੀ ਜਮ੍ਹਾਂ ਕਰਾਊਂ। ਤੂੰ ਤੇ ਜੈਕਸਨ, ਤੁਸੀਂ ਦੋਵੇਂ ਵੀ ਆਪਣੀ ਆਪਣੀ ਅਰਜ਼ੀਆਂ ਲੈ ਕੇ ਉੱਥੇ ਪਹੁੰਚੋ, ਆਪਾਂ ਤਿੰਨੋਂ ਦਫ਼ਤਰ 'ਚ ਹੀ ਮਿਲਾਂਗੇ, ਠੀਕ ਹੈ ਨਾ? ਠੀਕ ਹੈ ਜੀ, ਫਿਰ ਗੁੱਡ ਨਾਈਟ ਸਾਰਿਆਂ ਨੂੰ। ਹਾਂ ਹਾਂ, ਗੁੱਡ ਨਾਈਟ ਜੈਕਸਨ, ਤੈਨੂੰ ਵੀ ਗੁੱਡ ਨਾਈਟ। ਹਾਂਜੀ ਹਾਂਜੀ ਫੌਜੀ ਸਾਹਿਬ, ਗੁੱਡ ਨਾਈਟ ਜੀ। ਹਾਂਜੀ, ਉਹ ਸਿਆਣੇ ਕਹਿੰਦੇ ਜੇ ਮਜਬੂਰੀ 'ਚ ਗਧੇ ਨੂੰ ਵੀ ਪਿਓ ਬਣਾਉਣਾ ਪਏ ਨਾ ਤਾਂ ਕੋਈ ਚੱਕਰ ਨਹੀਂ, ਉਹ ਐਸ ਟੀ ਓ ਤਾਂ ਫਿਰ ਸਿਆਣਾ। ਜੇ ਮੈਨੂੰ ਆਪਣੀ ਜੇਬ ਬਚਾਉਣ ਲਈ ਇਹਦੇ ਪੈਰਾਂ 'ਚ ਵੀ ਡਿੱਗਣਾ ਪਏ ਨਾ ਤਾਂ ਮੈਂ ਤਾਂ ਵੀ ਡਿੱਗੂੰਗਾ। ਨਵਾਬ ਦਾ ਬੱਚਾ ਕਿੱਥੇ ਮਰ ਗਿਆ, ਮੈਂ ਸਬਕ ਸਿਖਾਉਣਾ ਉਹਨੂੰ। ਓ ਭਈਆ ਜੀ, ਕਿਉਂ ਮਾਰੇ ਜਾਤੇ ਹੋ ਗਰੀਬ ਕੋ? ਮੈਨੇ ਕਿਆ ਵਿਗਾੜਾ ਆਪਕਾ, ਮੈਂ ਡੰਡੀ ਵੜਾ। ਮਾਰੀ ਦਿਆ ਥਾ ਗਰੀਬ ਕੋ। ਪੁੱਤ, ਹੁਣ ਤਾਂ ਤੈਨੂੰ ਛੱਡਤਾ, ਜੇ ਅੱਗੇ ਤੋਂ ਪੰਗੇ ਲੈ ਨਾ ਫਿਰ ਦੇਖੀ ਤੂੰ। 24 ਘੰਟੇ ਪੰਗਾ ਲੈਂਦਾ ਰਹਿੰਦਾ, 24 ਘੰਟੇ ਪੰਗਾ ਲੈਂਦਾ ਰਹਿੰਦਾ ਮੇਰੇ ਨਾਲ। ਉਹ ਤੈਨੂੰ ਬੋਲਣ ਦੀ ਅਕਲ ਹੈ ਕਿ ਨਹੀਂ ਹੈ? ਉਹ ਮੈਂ ਜਦੋਂ ਫੋਨ ਤੇ ਗੱਲ ਕਰ ਰਿਹਾ ਸੀ, ਤੂੰ ਉਹੀ ਉਲਝ ਰੁਲਝ ਹਰਕਤਾਂ ਕਰੀ ਜਾ ਰਿਹਾ ਸੀ, ਮੈਨੂੰ ਹੀ ਤੰਗ ਕਰੀ ਜਾ ਰਿਹਾ ਸੀ, ਪਾਗਲ ਛਦਾਈ ਨਾ ਹੋਏ ਤਾਂ। ਪਰ ਭਈਆ ਜੀ, ਹੋਇਆ ਕਿਆ ਹੈ, ਮੈਨੇ ਕਿਆ ਕਰ ਦਿਆ ਹੈ? ਮੈਂ ਜਦੋਂ ਮੈਂ ਬੋਲ ਰਿਹਾ ਸੀ, ਤੂੰ ਮੂੰਹ ਚੱਕ ਕੇ ਮੇਰੇ ਸਾਰੇ ਕੱਪੜਿਆਂ ਦੇ ਚਾਹ ਡੋਲਤੀ। ਉਹ ਜੈਕਸਨ ਤੇ ਫੌਜੀ ਨੂੰ ਲੱਗਿਆ ਕਿ ਮੈਂ ਉਹਨਾਂ ਨੂੰ ਕੁਝ ਕਹਿ ਰਿਹਾ, ਉਹ ਲੈਦਾ ਹੀ ਗੁੱਸੇ ਹੋ ਗਏ ਮੇਰੇ ਨਾਲ। ਉਹ ਤੈਨੂੰ ਬੋਲਣ ਦੀ ਜਮਾ ਹੀ ਅਕਲ ਨਹੀਂ ਹੈ, ਉਹ ਬੋਲਣ ਤੋਂ ਪਹਿਲੇ ਸੋਚ ਤਾਂ ਲਿਆ ਕਰ। ਉਹ ਜੈਕਸਨ ਦਾ ਤਾਂ ਕੁਝ ਨਹੀਂ, ਫੌਜੀ ਅੰਗਲ ਵਿੱਚ ਉਈ ਘੜੀ ਸੀਗੇ। ਸੈਂਡੀ, ਵਾਟ ਹੈਪਨ? Why are you laughing? Oh, kuch nahi baby, main to sweer wali gal soch ke has reha. Okay Sandy, but I hope. Sandy, Anwa mainu ki ho gaya? Where is he lost? Hello. Sandy bhaiya. Oh bhaiya ji. Ha, aur sister ji bula rahe hain. Sandy, ki ho gaya si tenu? Kithe lost si? I was asking you about Wi-Fi. ਮੈਨੂੰ ਨਾ ਕੱਲ ਕਲਾਸਿਸ ਲਈ ਵਾਈਫਾਈ ਚਾਹੀਦਾ ਹੈ। ਉਹ ਕੋਈ ਗੱਲ ਨਹੀਂ, ਤੂੰ ਕੱਲ ਦੀ ਕਲਾਸਾਂ ਦੀ ਤਿਆਰੀ ਕਰ, ਵਾਈਫਾਈ ਲੱਗ ਜਾਊਗਾ। ਸਮਝ, ਵਾਈਫਾਈ ਲੱਗ ਗਿਆ। ਓਕੇ ਸੈਂਡੀ, ਦੈਨ ਠੀਕ ਹੈ, ਮੈਂ ਸੋਨੀ ਆ। ਗੁੱਡ ਨਾਈਟ। ਬਟ ਸੈਂਡੀ, ਕੱਲ ਮੀਨਸ ਕੱਲ, ਕੱਲ ਹੋ ਜਾਣਾ ਚਾਹੀਦਾ ਹੈ। ਬਾਏ ਬਾਏ, ਗੁੱਡ ਨਾਈਟ, ਸੀ ਡ੍ਰੀਮ। ਓ ਸੈਂਡੀ ਭਈਆ ਜੀ, ਹੁਣ ਤੁਹਾਨੂੰ ਕਿਆ ਹੋ ਗਿਆ ਹੈ? ਤੁਸੀਂ ਕੋ ਤੋਰੀ ਵਾਂਗੂ ਮੂੰਹ ਲਮਕਾ ਰੱਖਿਆ ਹੈ, ਤੁਸੀਂ ਸਿਸਟਰ ਜੀ ਕੋ ਝੂਠ ਬੋਲਿਆ ਹੈ। ਹਾਂ ਯਾਰ ਨਵਾਬ, ਝੂਠ ਤਾਂ ਮੈਂ ਬੋਲਿਆ ਸਿਸਟਰ ਜੀ ਨੂੰ, ਮਤਲਬ ਤੇਰੀ ਸਿਸਟਰ ਜੀ ਨੂੰ। ਕਿਆ ਕਹਿ ਰਹੇ ਹੋ ਭਈਆ ਜੀ, ਸਿਸਟਰ ਜੀ ਹੁਣ ਕਲਾਸੇ ਕੈਸੇ ਲਗਾਏਗੀ? ਯਾਰ ਮੈਂ ਸੋਚ ਰਿਹਾ ਕਿ ਮੈਂ ਕੀ। ਭਈਆ ਜੀ, ਸੋਚਨੇ ਸੇ ਕਨੈਕਸ਼ਨ ਨਹੀਂ ਲਗੇਗਾ, ਕਨੈਕਸ਼ਨ ਲਗਾਉਣੇ ਕੇ ਲਈ ਕੁਛ ਕਰਨਾ ਪੜੇਗਾ, ਕਰੋ ਕੁਛ। ਯਾਰ ਤੈਨੂੰ ਪਤਾ ਤਾਂ ਹੈ ਸਾਡੇ ਹਾਲਾਤਾਂ ਬਾਰੇ, ਸਵੇਰੇ ਜੋ ਹੋਇਆ ਉਹ ਐਸ ਡੀ ਓ ਜਦੋਂ ਆਇਆ ਤੇ ਮੈਂ ਕੀ ਦੱਸਾਂ ਯਾਰ ਤੈਨੂੰ, ਹੁਣ ਸਾਰਾ ਕੁਝ ਗੜਬੜ ਹੋ ਗਿਆ ਯਾਰ। ਭਈਆ ਜੀ, ਮੈਂ ਨਾ ਚੰਗੀ ਤਰ੍ਹਾਂ ਸਮਝਦਾ ਹੂੰ, ਪਰ ਮੈਂ ਕੁਛ ਨਹੀਂ ਕਰ ਸਕਦਾ ਹੂੰ, ਹੁਣ ਅੱਧੀ ਰਾਤ ਹੋ ਗਈ ਹੈ, ਮੈਂ ਕਿਆ ਕਰ ਦੂੰ ਆਪਕੇ ਲਈ? ਬਾਤੇਂ ਕਰਤੇ ਹੈ। ਉਹ ਯਾਰ ਮੈਂ ਤੈਨੂੰ ਕੋਈ ਅੱਧੀ ਰਾਤ ਨੂੰ ਪਿੰਡ ਦਾ ਗੇੜਾ ਕੱਢਣ ਨੂੰ ਥੋੜੀ ਕਹਿ ਰਿਹਾ, ਮੈਂ ਤਾਂ ਤੈਨੂੰ ਸਿਰਫ ਇੰਨਾ ਹੀ ਕਹਿ ਰਿਹਾ ਨਾ ਕਿ ਦੇਖ ਤੂੰ ਸਿਸਟਰ ਜੀ ਨੂੰ ਕਿੰਨਾ ਪਿਆਰ ਕਰਦਾ ਹੈ, ਤੇਰੀ ਸਿਸਟਰ ਜੀ ਤੈਨੂੰ ਕਿੰਨਾ ਪਿਆਰ ਕਰਦੀ ਹੈ, ਤੂੰ ਤਾਂ ਉਹਨਾਂ ਲਈ ਕੁਛ ਵੀ ਕਰ ਸਕਦਾ ਨਾ, ਕਿਸੇ ਵੀ ਹੱਦ ਤੱਕ ਜਾ ਸਕਦਾ। ਨਾਲੇ ਮੈਂ ਤੈਨੂੰ ਕੁਛ ਹੋਰ ਕਰਨ ਨੂੰ ਥੋੜੀ ਕਹਿ ਰਿਹਾ, ਮੈਂ ਤਾਂ ਤੈਨੂੰ ਜਿਗਾੜ ਲਾਉਣ ਨੂੰ ਹੀ ਕਹਿ ਰਿਹਾ ਨਾ, ਲਾ ਦੇ ਜਿਗਾੜ।
देख ला फिर अब, 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 तेरी सिस्टर जी किसे नु मूंद खान जोगी नहीं रहूगी, तेरी सिस्टर जी दा हाल की हो जाएगा। ओ नवाब ओ जे क्लासा ना ना लगियां हो तेरी सिस्टर जी पूरे पिंड दिया नजरां चो डिग जूगी, मैनू ना कहीं फिर देख ला आपे हिसाब ला ला हुन तू। ओ भैया जी तुसी चुप करो, नजरां से डिग जाएगी ना जे मैं लोकां दे कंधा कोठे टपदा डिग के गिटा तड़ा लिया फिर उसका क्या, बातें करते हैं नाले तुसी ना एमिली सिस्टर का नाम लेके मैनू इमोशनल ना करो, इमोशनल ब्लैक कर रहे हो मैनू। नाले मैं अपनी सिस्टर जी ली क्यों नहीं कुछ कर सकता, मैं सब कुछ कर सकता हूँ, पर भैया जी आपके लिए ना मैं डक्का तोड़ के दूरा नहीं करूंगा। सिस्टर जी ने तो मुझे बलवंत से बचाया है मेरी शादी तड़वा के, मैं करूंगा उनके लिए। उते नवाब यही तो वेला है फिर सिस्टर जी दा एहसान चुकान दा। ठीक है भैया जी मैं ना सिस्टर जी लिए सब कुछ करूंगा पर आपके लिए कुछ नहीं करूंगा। ओ चल ठीक है यार, मेरे लिए नहीं करना ना कर, अपनी सिस्टर जी लिए कर दे, ओ जिदे लिए करना है कर दे यार, काम पूरा होना चाहिए बस। तो ठीक है फिर, चलो भी नवाब साहब लाओ कोई जुगाड़, जाते हैं हम। हुण बन जानी है गल, हुण आ जाएगा मजा, बाकी चीजा बाद च देखांगे। हां स्यापा तां निबड़ गया, बाकी कल दी कल देखांगे।